ਚੋਣਾਂ ਆ ਰਹੀਆਂ ਨੇ, ਪੰਚਾਇਤੀ ਨਗਰ ਨਿਗਮ ਵੀ ਹੈ, ਨਗਰ ਕੌਂਸਲ ਵੀ ਨੇ। ਤੁਹਾਨੂੰ ਜਿਸ ਕਿਸਮ ਦੀ ਵੀ ਚੋਣ ਦਾ ਸਾਹਮਣਾ ਕਰਨਾ ਪਵੇ, ਆਪਣੀ ਚੋਣ ਨੂੰ ਕਹਿੰਦੇ ਮਤਦਾਨ, ਆਪਣੀ ਮਤ ਦਾ, ਆਪਣੀ ਅਕਲ ਦਾ ਦਾਨ ਕਿ ਮੇਰੀ ਅਕਲ ਮੁਤਾਬਕ, ਮੇਰੇ ਮਤ ਮੁਤਾਬਕ ਆਹ ਬੰਦਾ ਵਧੀਆ, ਉਹ ਦਾਨ ਕਰਨੀ ਹੈ ਤੁਸੀਂ ਅਕਲ ਦਾ। ਸੋ ਇਸ ਕਰਕੇ ਮਤਦਾਨ ਆ ਗਿਆ, ਆਪਣੀ ਮਤ ਮੁਤਾਬਕ ਦਾਨ ਕਰਿਓ, ਖਾਸ ਤੌਰ 'ਤੇ ਭਾਈਚਾਰਕ ਸਾਂਝ ਬਣਾਈ ਰੱਖਿਓ, ਇੱਕ ਦੂਜੇ ਨਾਲ ਲੜਿਓ ਨਾ। ਪਿੰਡਾਂ 'ਚ ਪੰਚਾਇਤਾਂ ਦੀਆਂ ਚੋਣਾਂ ਵੇਲੇ ਬਹੁਤ ਲੜਾਈਆਂ ਦੇਖੀਆਂ ਮੈਂ, ਇੱਕ ਦੂਜੇ 'ਤੇ 57 ਦੇ ਪਰਚੇ ਹੋ ਜਾਂਦੇ ਆ, ਇੱਕ ਦੂਜੇ ਦੇ ਘਰ ਦੇ ਮੂਹਰ ਦੀ ਲਲਕਾਰੇ ਮਾਰ ਕੇ ਲੰਘਦੇ ਆ, ਇੱਕ ਦੂਜੇ ਨੂੰ ਨੀਚਾ ਥੱਲੇ ਦਿਖਾਉਣ ਦੀ ਹੋੜ ਲੱਗ ਜਾਂਦੀ ਹੈ, ਦਾਰੂਆਂ ਪਈਆਂ ਜਾਂਦੀਆਂ ਨੇ, ਜਲੇਬੀਆਂ ਵੰਡੀਆਂ ਜਾਂਦੀਆਂ ਨੇ ਪਿੰਡ ਦਾ ਸਰਪੰਚ ਬਣਨ ਵਾਸਤੇ। ਕਈ ਬੰਦੇ, ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਅਨਾਊਂਸ ਕਰਦਾ ਅੱਜ ਕਿ ਸਰਬਸੰਮਤੀ ਕਰ ਲਓ ਪਿੰਡ 'ਚ, ਸਰਪੰਚ ਪਿੰਡ ਦਾ ਚੁਣੋ, ਕਿਸੇ ਪਾਰਟੀ ਦਾ ਨਾ ਚੁਣੋ, ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਸਰਬਸੰਮਤੀਆਂ ਕਰ ਲਓਗੇ, ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ 'ਤੇ ਕਰ ਲੂਗਾ, ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ 'ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ। ਅਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੀ ਗੱਡੀ 'ਤੇ ਲਾਲ ਅੱਖਰਾਂ 'ਚ ਪਲੇਟ ਲਾ ਕੇ ਰੱਖਦੇ ਨੇ ਸਾਬਕਾ ਸਰਪੰਚ, ਮਤਲਬ ਸਾਬਕਾ ਦਾ ਵੀ ਪਲੇਟ ਲੱਗਦੀ ਹੈ, ਉਹ ਸਮਝਦੇ ਨੇ ਅਸੀਂ ਪੈਸੇ ਨਾਲ ਸਰਪੰਚ ਬਣ ਜਾਂਗੇ। ਕਈ ਪਿੰਡਾਂ 'ਚ, ਵੱਡੇ ਪਿੰਡਾਂ 'ਚ 30-30 ਲੱਖ ਰੁਪਈਆ, 40-40 ਲੱਖ ਰੁਪਈਆ ਵੀ ਸਰਪੰਚੀ ਦੀ ਇਲੈਕਸ਼ਨ 'ਤੇ ਖਰਚ ਕਰ ਦਿੱਤਾ ਜਾਂਦਾ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਕੋਲ ਇਹ ਗਲਤ ਫਹਿਮੀ ਹੈ ਜਾਂ ਖੁਸ਼ ਫਹਿਮੀ ਹੈ ਕਿ ਅਸੀਂ ਪੈਸੇ ਲਾ ਕੇ 30 ਲੱਖ ਲਾ ਕੇ ਬਾਅਦ 'ਚ 3 ਕਰੋੜ ਕਮਾਵਾਂਗੇ ਸਰਪੰਚ ਬਣ ਕੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਹਿਲਾਂ ਵਾਲੀਆਂ ਗੱਲਾਂ ਗਈਆਂ, 30 ਲੱਖ ਲਾ ਤਾਂ ਦਿਓਗੇ, ਪੂਰੇ ਕਿਵੇਂ ਕਰੋਗੇ? ਪੈਸੇ ਤਾਂ ਮੇਰੇ ਕੋਲੋਂ ਹੀ ਜਾਣਗੇ ਨਾ, ਗਲੀਆਂ ਨਾਲੀਆਂ ਦੇ ਪੈਸੇ ਖਾਣ ਨੂੰ ਫਿਰਦੇ ਹੋ? ਗਲੀਆਂ ਨਾਲੀਆਂ ਬਾਅਦ 'ਚ ਸ਼ੁਰੂ ਹੁੰਦੀਆਂ ਨੇ, ਕਈ ਥਾਵੇਂ ਸਰਪੰਚ ਦੀ ਕੋਠੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਤਲਬ ਹੁਣ ਉਹ ਭੁੱਲ ਜਾਣ ਕਿ 40 ਲੱਖ ਲਾ ਕੇ 3 ਕਰੋੜ ਕਮਾਵਾਂਗੇ, 30 ਲੱਖ ਲਾ ਕੇ 3 ਕਰੋੜ ਕਮਾਵਾਂਗੇ, ਪੈਸੇ ਨਾਲ ਸਰਪੰਚੀ ਜਿੱਤੋਗੇ, ਜਿੱਤ ਲਿਓ, ਪਰ ਜਿਹੜਾ ਗੌਰਮੈਂਟ ਵੱਲੋਂ ਪੈਸਾ ਆਊਗਾ ਉਹ ਤਾਂ ਪਿੰਡ 'ਤੇ ਹੀ ਲਾਉਣਾ ਪਊਗਾ, ਉਹਦੇ 'ਚ ਅਸੀਂ ਕੋਈ ਕਪੜਾ ਨਹੀਂ ਹੋਣ ਦੇਣਾ। ਇਸ ਕਰਕੇ ਕੋਈ ਗਲਤ ਫਹਿਮੀ 'ਚ ਨਾ ਰਹੋ ਕਿ ਅਸੀਂ ਪੈਸੇ ਨਾਲ ਸਰਪੰਚ ਜਿੱਤ ਲਾਂਗੇ।